ਸਿੱਖੋ ਇਸ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾ ਰਹੇ ਗੁਰਮੁਖ ਪਿਆਰਿਓ, ਸਤਿਗੁਰੂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੁਣੇ ਦਾਸ ਨੇ ਇੱਕ ਵੀਡੀਓ ਵੇਖੀ ਅਤੇ ਸੁਣੀ, ਜਿਹਦੇ ਵਿੱਚ ਕਈ ਸੱਜਣ ਇੱਕ ਬੰਦ ਕਮਰੇ ਦੇ ਵਿੱਚ ਕੁਝ ਹੋਰ ਸਿੰਘਾਂ ਦੇ ਨਾਲ ਮੀਟਿੰਗ ਕਰ ਰਹੇ ਹਨ ਅਤੇ ਪ੍ਰੋਗਰਾਮ ਉਲੀਕ ਰਹੇ ਹਨ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੋ ਕਿ ਸੈਨ ਹੋਜ਼ੇ ਗੁਰਦੁਆਰੇ ਦੇ ਵਿੱਚ ਕੀਰਤਨ ਕਰਨ ਦੇ ਸਮਾਗਮ ਦੇ ਵਿੱਚ ਆ ਰਹੇ ਹਨ, ਉਹ ਕਹਿ ਰਹੇ ਨੇ ਕਿ ਅਸੀਂ ਉਹਨਾਂ ਨੂੰ ਉੱਥੇ ਬੋਲਣ ਨਹੀਂ ਦੇਵਾਂਗੇ, ਕਥਾ ਨਹੀਂ ਕਰਨ ਦੇਵਾਂਗੇ, ਵਿਚਾਰ ਨਹੀਂ ਕਰਨ ਦੇਵਾਂਗੇ, ਅਸੀਂ ਡਟ ਕੇ ਵਿਰੋਧ ਕਰਾਂਗੇ। ਸੋ ਜਿਹੜੇ ਵੀ ਮੇਰੇ ਵੀਰ ਜਾਂ ਭੈਣ ਭਾਈ ਇਹੋ ਜਿਹੀ ਵਿਚਾਰ ਰੱਖ ਰਹੇ ਨੇ ਜਾਂ ਇਹੋ ਜਿਹਾ ਕੁਝ ਕਰਨ ਬਾਰੇ ਸੋਚ ਰਹੇ ਨੇ, ਉਹਨਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਗੁਰਮੁਖੋ, ਕਮ ਸੇ ਕਮ ਜੇ ਆਪਣਾ ਨਹੀਂ ਤਾਂ ਗੁਰੂ ਦੀ ਇੱਜ਼ਤ ਦਾ ਤਾਂ ਖਿਆਲ ਰੱਖ ਲਈਏ। ਜੇ ਤਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕੁਝ ਗਲਤ ਕਹਿੰਦੇ ਨੇ ਤੇ ਗੁਰੂ ਦੀ ਬਾਣੀ ਤੋਂ ਸੇਧ ਲੈਂਦੇ ਹੋਏ ਆਪਾਂ ਕਿਉਂ ਨਾ ਗੁਰੂ ਦਾ ਹੁਕਮ ਮੰਨੀਏ ਕਿ ਹੋਏ ਇਕੱਤਰ ਮਿਲਹੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ। ਅੱਜ ਸਿੱਖ ਇੰਨੇ ਨੀਵੇਂ ਪੱਧਰ ਤੇ ਚਲਾ ਗਿਆ ਕਿ ਆਪਣੇ ਭਰਾਵਾਂ ਨਾਲ ਹੀ ਬੈਠ ਕੇ ਗੱਲ ਨਹੀਂ ਕਰ ਸਕਦਾ। ਇਹਦਾ ਸਿੱਟਾ ਕੀ ਨਿਕਲੇਗਾ, ਰਿਜ਼ਲਟ ਕੀ ਨਿਕਲੇਗਾ? ਤੁਸੀਂ 10 ਜਾਣੇ, 15 ਜਾਣੇ, 20 ਜਾਣੇ, ਚਲੋ ਮੰਨ ਲਓ 50 ਜਾਣੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਖਲਬਲੀ ਮਚਾਓਗੇ, ਲੜਾਈ ਹੋਵੇਗੀ, ਝਗੜਾ ਹੋਵੇਗਾ, ਪੱਗਾਂ ਲੱਥਣਗੀਆਂ, ਜੋ ਨਿੱਤ ਤੁਸੀਂ ਨੈੱਟ ਦੇ ਉੱਤੇ ਵੀਡੀਓ ਵੇਖਦੇ ਜੇ, ਅਤੇ ਆਪਣੀ ਕਮਿਊਨਿਟੀ ਨੂੰ, ਸਿੱਖ ਕੌਮ ਨੂੰ ਤੁਸੀਂ ਭਰੇ ਸੰਸਾਰ ਦੇ ਵਿੱਚ ਬੇਇੱਜ਼ਤ ਕਰੋਗੇ। ਕਿ ਸਿੱਖ ਇਹੋ ਜਿਹੇ ਹੁੰਦੇ ਨੇ, ਜਿੱਥੇ ਮਨ ਦੀ ਸ਼ਾਂਤੀ ਵਾਸਤੇ ਸਿੱਖ ਜਾਂਦਾ, ਜਿੱਥੇ ਆਪਣੇ ਮਨ ਨੂੰ ਠੰਡਾ ਕਰਨ ਵਾਸਤੇ, ਜਿੱਥੇ ਮਨ ਦਾ ਸਕੂਨ ਭਾਲਣ ਸਿੱਖ ਜਾਂਦਾ, ਇਹ ਤਾਂ ਉੱਥੇ ਹੀ ਲੜੀ ਜਾਂਦੀ। ਫਿਰ ਪੁਲਿਸ ਆਏਗੀ, ਜੁੱਤੀਆਂ ਲੈ ਕੇ ਦਰਬਾਰ ਸਾਹਿਬ 'ਚ ਫਿਰੇਗੀ, ਇੱਕ ਅੱਧਿਆਂ ਨੂੰ ਫੜ ਕੇ ਲੈ ਜਾਏਗੀ, ਕੀ ਫਾਇਦਾ ਹੋਏਗਾ? ਕੀ ਖੱਟੋਗੇ ਤੁਸੀਂ? ਜਿਹੜਾ ਤੁਸੀਂ ਕਿਹਾ ਨਾ ਕਿ ਅਸੀਂ ਵਿਰੋਧ ਕਰਾਂਗੇ, ਅਸੀਂ ਰੁਕਾਂਗੇ, ਇਹਦਾ ਰਿਜ਼ਲਟ ਕੀ ਨਿਕਲੇਗਾ? ਇਹਦੇ ਰਿਜ਼ਲਟ ਇਹ ਨਿਕਲਣਗੇ ਕਿ ਤੁਹਾਡੀ ਕੌਮ ਦੀ ਸ਼ਰੇਆਮ ਪੱਗ ਲੱਥੇਗੀ, ਗੁਰੂ ਦੀ ਹਜ਼ੂਰੀ ਦੇ ਵਿੱਚ ਬੇਅਦਬੀ ਦੇ ਤੁਸੀਂ ਪਾਤਰ ਬਣੋਗੇ, ਆਪਣਾ ਮਜ਼ਾਕ ਤੁਸੀਂ ਦੁਨੀਆ ਸਾਹਮਣੇ ਆਪ ਬਣਾਓਗੇ। ਹੱਥ ਜੋੜ ਕੇ ਬੇਨਤੀ ਏ, ਕੌਮ ਦੀ ਪੱਗ ਨੂੰ ਇਸ ਤਰ੍ਹਾਂ ਬਦਨਾਮ ਨਾ ਕਰੋ। ਜੇ ਤੁਹਾਨੂੰ ਕਿਸੇ ਦੇ ਵਿਚਾਰ ਚੰਗੇ ਨਹੀਂ ਲੱਗਦੇ ਤਾਂ ਸੁਣਨ ਨਾ ਜਾਓ, ਅਤੇ ਜੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਦੇ ਵਿਚਾਰਾਂ ਦੇ ਨਾਲ ਕੌਮ ਦਾ ਨੁਕਸਾਨ ਹੋ ਰਿਹਾ ਤਾਂ ਤੁਸੀਂ ਸਾਹਮਣੇ ਬੈਠ ਕੇ ਉਹਦੇ ਨਾਲ ਵਿਚਾਰ ਵਟਾਂਦਰਾ ਕਰੋ। ਗੁਰੂ ਨਾਨਕ ਪਾਤਸ਼ਾਹ ਨੇ ਵੀ ਸਿੱਧਾਂ ਨਾਲ ਵਿਚਾਰ ਗੋਸ਼ਟੀ ਕੀਤੀ, ਤੁਸੀਂ ਆਪਣਾ ਪੱਖ ਰੱਖੋ, ਦੂਸਰਾ ਧਿਰ ਆਪਣਾ ਪੱਖ ਰੱਖੇ, ਸੰਗਤ ਸਿਆਣੀ ਹੈ, ਜੋ ਸੱਚ ਹੈ ਉਹਨੂੰ ਸਮਝ ਲਵੇਗੀ, ਉਹਨੂੰ ਸਵੀਕਾਰ ਕਰ ਲਵੇਗੀ। ਜੇ ਤੁਸੀਂ ਜਾਣਾ ਹੀ ਇਸ ਨੀਤੀ ਹੈ ਕਿ ਅਸੀਂ ਕੁੱਟਮਾਰ ਕਰਨੀ ਹੈ, ਅਸੀਂ ਰੋਕਣਾ ਹੈ, ਦੀਵਾਨ ਨਹੀਂ ਲੱਗਣ ਦੇਣਾ, ਆਹ ਕਰਨਾ ਉਹ ਕਰਨਾ, ਉੱਥੇ ਵਿਚਾਰ ਦੀ ਗੱਲ ਨਹੀਂ ਰਹਿੰਦੀ, ਮਾਫ਼ ਕਰਨਾ। ਸੋ ਹੱਥ ਜੋੜ ਕੇ ਮੇਰੇ ਵੀਰਾਂ ਅਤੇ ਭੈਣਾਂ ਅੱਗੇ ਬੇਨਤੀ ਹੈ ਕਿ ਆਪਣਾ ਜਲੂਸ ਨਾ ਕੱਢੀਏ ਅਸੀਂ। ਜੇ ਸਾਨੂੰ ਕਿਸੇ ਦੇ ਵਿਚਾਰਾਂ ਤੋਂ ਕੋਈ ਇਤਰਾਜ਼ ਹੈ ਤਾਂ ਉਹਦੇ ਨਾਲ ਸਮਾਂ ਬਣਾ ਕੇ ਬੈਠ ਕੇ ਵੀਡੀਓ ਰਿਕਾਰਡਿੰਗ ਕਰਕੇ ਤੁਸੀਂ ਆਪਣੇ ਵਿਚਾਰ ਰੱਖੋ, ਅਗਲਾ ਆਪਣੇ ਵਿਚਾਰ ਰੱਖੇਗਾ, ਸੰਗਤ ਸਿਆਣੀ ਹੈ, ਜੋ ਸੱਚ ਹੋਵੇਗਾ ਉਹਨੂੰ ਸਵੀਕਾਰ ਕਰ ਲਵੇਗਾ। ਸਿੱਖ ਨੇ ਤਾਂ ਦੁਸ਼ਮਣ ਨਾਲ ਲੜਨਾ ਸੀ, ਸਿੱਖ ਨੇ ਤਾਂ ਭਾਈ ਭਾਈ ਨਾਲ ਬੈਠ ਕੇ ਹੋ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ, ਸਿਰ ਜੋੜ ਕੇ ਬੈਠ ਕੇ ਦੁਬਧਾ ਨੂੰ ਖਤਮ ਕਰਨਾ ਸੀ, ਪਰ ਅਸੀਂ ਤਾਂ ਇੱਕ ਦੂਜੇ ਨੂੰ ਮਾਰਨ ਉੱਤੇ ਉੱਤਰ ਆਏ ਕਿ ਅਸੀਂ ਦੁਬਧਾ ਖਤਮ ਕਰ ਰਹੇ ਹਾਂ, ਕਿਉਂ ਦੂਜੀਆਂ ਕੌਮਾਂ ਸਾਹਮਣੇ ਆਪਣੀ ਹੀ ਬੇਇੱਜ਼ਤੀ ਕਰਵਾਉਣਾ ਚਾਹੁੰਦੇ ਹੋ?
ਉੱਥੋਂ ਦੇ ਏਰੀਏ ਦੇ ਵਿੱਚ ਜਿਹੜੇ ਵੀ ਪੁਲਿਸ ਵਾਲੇ ਰਹਿੰਦੇ ਨੇ ਆਉਣਗੇ, ਉੱਥੇ ਦੇ ਮੀਡੀਆ 'ਚ ਖਬਰ ਜਾਏਗੀ, ਬਾਹਰ ਮੀਡੀਆ 'ਚ ਖਬਰ ਜਾਏਗੀ, ਉਹਨਾਂ ਦੇ ਉੱਤੇ ਤੁਸੀਂ ਸਿੱਖੀ ਦਾ ਕੀ ਪ੍ਰਭਾਵ ਪਾਓਗੇ।